Tengo de dignarme la soya Zandere paduma te rakhi hoi hai ਬਹੁਤ ਇੰਨੀ ਅੰਗਰੇਜ਼ੀ ਜੇ ਮੈਨੂੰ ਆਉਂਦੀ ਹੁੰਦੀ ਨਾ ਫਿਰ ਮੈਂ ਲਿਓਨਾਰਡੋ ਥੱਲੇ ਲਾਇਆ ਹੁੰਦਾ ਮਾਈ ਇੰਗਲਿਸ਼ ਇਜ਼ ਵੀਕ ਬਟ ਆਈ ਐਮ ਅ ਗੁੱਡ ਗਾਇ ਆਈ ਲਵ ਯੂ ਥੈਂਕ ਯੂ ਥੈਂਕਸ ਫੋਰ ਕਮਿੰਗ ਥੈਂਕ ਯੂ ਮੇਰੇ ਸ਼ੋਅ ਤੇ ਆਉਣ ਲਈ ਦਿਲਜੀਤ ਦੋਸਾਂਝ ਨੇ ਆਪਣੀ ਜੈਕਟ ਆਪਣੀ ਛੋਟੀ ਜਿਹੀ ਫੈਨ ਨੂੰ ਕੀਤੀ ਗਿਫਟ ਜੀ ਹਾਂ ਰੀਸੈਂਟਲੀ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਦਿਲਜੀਤ ਦੋਸਾਂਝ ਆਪਣੀ ਲਿਟਲ ਫੈਨ ਨੂੰ ਇੱਕ ਤੋਹਫਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਇਹ ਹੈ ਉਹਨਾਂ ਦੀ ਜੈਕਟ ਤੇ ਦਿਲਜੀਤ ਦੋਸਾਂਝ ਨੇ ਆਪਣੀ ਜੈਕਟ ਆਪਣੀ ਲਿਟਲ ਫੈਨ ਨੂੰ ਗਿਫਟ ਕਰ ਦਿੱਤੀ ਦੱਸਦੀ ਕਿ ਉਹਨਾਂ ਨੇ ਆਪਣੀ ਇਸ ਛੋਟੀ ਜਿਹੀ ਫੈਨ ਨੂੰ ਸਟੇਜ ਦੇ ਉੱਤੇ ਵੀ ਬੁਲਾਇਆ ਇਸ ਬੱਚੀ ਦੇ ਨਾਲ ਦਿਲਜੀਤ ਦੋਸਾਂਝ ਨੇ ਗੱਲਾਂ ਵੀ ਕੀਤੀਆਂ ਦੱਸਦੀ ਕਿ ਦਿਲਜੀਤ ਦੋਸਾਂਝ ਨੇ ਉਸ ਬੱਚੀ ਨੂੰ ਆਪਣੀ ਜੈਕਟ ਵੀ ਦਿੱਤੀ ਤੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀ ਦੱਸਦੀ ਕਿ ਦਿਲਜੀਤ ਦੋਸਾਂਝ ਨੇ ਜਦੋਂ ਇਸ ਜੈਕਟ ਨੂੰ ਉਸ ਬੱਚੀ ਨੂੰ ਦਿੱਤਾ ਤੇ ਉਸ ਬੱਚੀ ਨੇ ਇਸ ਜੈਕਟ ਨੂੰ ਪਾ ਲਿਆ ਤੇ ਨਾਲ ਹੀ ਇਹ ਵੀ ਦੱਸਦੀ ਕਿ ਦਿਲਜੀਤ ਦੋਸਾਂਝ ਨੇ ਉਸ ਬੱਚੀ ਦੇ ਨਾਲ ਗੱਲਬਾਤ ਵੀ ਕੀਤੀ ਤੇ ਉਹ ਬੱਚੀ ਵੀ ਦਿਲਜੀਤ ਦੋਸਾਂਝ ਨੂੰ ਕੁਝ ਕਹਿ ਰਹੀ ਸੀ ਦਿਲਜੀਤ ਦੋਸਾਂਝ ਕਹਿੰਦੇ ਨੇ ਮਾਈ ਇੰਗਲਿਸ਼ ਇਜ਼ ਵੀਕ ਬਟ ਆਈ ਐਮ ਅ ਗੁੱਡ ਗਾਈ ਸੋ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਵੀ ਕਾਫੀ ਜ਼ਿਆਦਾ ਹੋਟਿੰਗ ਕਰਦੇ ਨੇ ਤੇ ਦਿਲਜੀਤ ਦੋਸਾਂਝ ਫਿਰ ਉਸ ਆਪਣੀ ਲਿਟਲ ਫੈਨ ਦੇ ਲਈ ਇੱਕ ਗੀਤ ਵੀ ਗਾਉਂਦੇ ਨੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਦਿਲਜੀਤ ਦੋਸਾਂਝ ਨੇ ਜਿੱਥੇ ਕਿ ਆਪਣੀ ਲਿਟਲ ਫੈਨ ਨੂੰ ਜੈਕਟ ਦਿੱਤੀ ਹੈ ਤੇ ਉਹਨਾਂ ਲਈ ਗੀਤ ਵੀ ਗਾਇਆ ਦਿਲਜੀਤ ਦੋਸਾਂਝ ਦੇ ਵੱਲੋਂ ਅਜਿਹਾ ਅਕਸਰ ਕੀਤਾ ਜਾਂਦਾ ਹੈ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਦਿਲਜੀਤ ਦੋਸਾਂਝ ਨੇ ਆਪਣੇ ਸ਼ੋਅ ਦੇ ਵਿੱਚ ਆਪਣੇ ਕਿਸੇ ਫੈਨ ਨੂੰ ਤੋਹਫਾ ਦਿੱਤਾ ਹੋਵੇ ਅਜਿਹਾ ਪਹਿਲੇ ਵੀ ਕਈ ਵਾਰ ਹੋ ਚੁੱਕਿਆ ਦਿਲਜੀਤ ਹਮੇਸ਼ਾ ਆਪਣੇ ਕਾਨਸਰਟਸ ਤੇ ਆਪਣੇ ਫੈਨਸ ਨੂੰ ਕੁਝ ਨਾ ਕੁਝ ਦੇ ਕੇ ਹੀ ਜਾਂਦੇ ਨੇ ਆਪਣੇ ਕਿਸੇ ਫੈਨ ਨੂੰ ਜੈਕਟ ਸ਼ੂਜ਼ ਜਾਂ ਕੁਝ ਨਾ ਕੁਝ ਦਿੰਦੇ ਰਹਿੰਦੇ ਨੇ ਰੀਸੈਂਟਲੀ ਦਿਲਜੀਤ ਦੋਸਾਂਝ ਨੇ ਆਪਣੀ ਇੱਕ ਪਾਕਿਸਤਾਨੀ ਫੈਨ ਨੂੰ ਵੀ ਇੱਕ ਤੋਹਫਾ ਦਿੱਤਾ ਸੀ ਸਟੇਜ ਤੇ ਬੁਲਾ ਕੇ ਤੇ ਨਾਲ ਹੀ ਦੱਸਦੀ ਕਿ ਉਹਨਾਂ ਨੇ ਪਿਆਰ ਵੰਡਣ ਦਾ ਸੰਦੇਸ਼ ਵੀ ਦਿੱਤਾ ਸੀ ਇਸ ਤੋਂ ਪਹਿਲਾਂ ਵੀ ਦਿਲਜੀਤ ਦੋਸਾਂਝ ਦੇ ਕਾਨਸਰਟ ਦੇ ਵਿੱਚ ਉਹਨਾਂ ਨੇ ਆਪਣੇ ਇੱਕ ਫੈਨ ਨੂੰ ਜੋ ਕਿ ਇੱਕ ਯੰਗ ਮੁੰਡਾ ਸੀ ਉਸ ਨੂੰ ਆਪਣੇ ਸ਼ੂਜ਼ ਗਿਫਟ ਕੀਤੇ ਦਿਲਜੀਤ ਦੋਸਾਂਝ ਅਕਸਰ ਹੀ ਆਪਣੇ ਫੈਨਸ ਨੂੰ ਕੁਝ ਨਾ ਕੁਝ ਗਿਫਟ ਕਰ ਦਿੰਦੇ ਨੇ ਤੇ ਜੋ ਕਿ ਉਹਨਾਂ ਦੀ ਹੰਬਲ ਨੇਚਰ ਦਾ ਇੱਕ ਸਬੂਤ ਵੀ ਹੈ ਜੋ ਕਿ ਉਹਨਾਂ ਦੀ ਹੰਬਲ ਨੇਚਰ ਨੂੰ ਬਾਰ ਬਾਰ ਦਰਸਾਉਂਦਾ ਦਿਲਜੀਤ ਦੋਸਾਂਝ ਕਾਫੀ ਕਾਇੰਡ ਨੇ ਹਮੇਸ਼ਾ ਹੀ ਆਪਣੇ ਫੈਨਸ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਟ੍ਰੀਟ ਕਰਦੇ ਨੇ ਜਦ ਵੀ ਉਹ ਆਪਣੇ ਕਿਸੇ ਫੈਨ ਨੂੰ ਸਟੇਜ ਤੇ ਬੁਲਾ ਲੈਂਦੇ ਨੇ ਦਿਲਜੀਤ ਦੋਸਾਂਝ ਨੂੰ ਕਾਨਸਰਟ ਦੇ ਵਿੱਚ ਜਦੋਂ ਕੋਈ ਛੋਟਾ ਬੱਚਾ ਵੀ ਉਹਨਾਂ ਦਾ ਫੈਨ ਦਿਖਾਈ ਦਿੰਦਾ ਹੈ ਤੇ ਦਿਲਜੀਤ ਅਕਸਰ ਹੀ ਉਹਨਾਂ ਨੂੰ ਤੋਹਫੇ ਦਿੰਦੇ ਹੋਏ ਨਜ਼ਰ ਆਉਂਦੇ ਨੇ ਸੋ ਤੁਹਾਡਾ ਇਸ ਦੇ ਲਈ ਕੀ ਕਹਿਣਾ ਹੈ ਕਮੈਂਟ ਕਰਕੇ ਸਾਂਝਾ ਕਰ ਸਕਦੇ ਹੋ ਦਿਲਜੀਤ ਦੋਸਾਂਝ ਦੇ ਵਰਕ ਗ੍ਰਾਫ ਦੀ ਗੱਲ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਦਿਲਜੀਤ ਦੋਸਾਂਝ ਦੀ ਐਲਬਮ ਰਿਲੀਜ਼ ਹੋਣ ਵਾਲੀ ਹੈ ਦਿਲਜੀਤ ਦੋਸਾਂਝ ਦੀਆਂ ਕਈ ਫਿਲਮਸ ਵੀ ਰਿਲੀਜ਼ ਹੋਣਗੀਆਂ ਬਾਲੀਵੁੱਡ ਤੇ ਪੋਲੀਵੁੱਡ ਇੰਡਸਟਰੀ ਦੇ ਵਿੱਚ ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਆਪਣੇ ਦਿਲੂਮੀਨਾਟੀ ਟੂਰ 2024 ਦੇ ਦੌਰਾਨ ਇਸ ਸਾਲ ਇੰਡੀਆ ਵੀ ਆਉਣ ਵਾਲੇ ਨੇ ਜਿੱਥੇ ਕਿ ਉਹ ਵੱਖ ਵੱਖ ਸਟੇਟਸ ਦੇ ਵਿੱਚ ਵੱਖ ਵੱਖ ਸਿਟੀਜ਼ ਦੇ ਵਿੱਚ ਪਰਫਾਰਮ ਕਰਨਗੇ ਸੋ ਕਿੰਨੇ ਐਕਸਾਈਟਿਡ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ ਹੋਰ ਅਪਡੇਟਸ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ